पंजाब दे रोपड़ जिले च पैंदे नूरपुर बेदी तहसील च पैण वाले पिंड बैंस जिथे पिंड अंदर रहण वाले लोगों के घरां दे कोल एक पोल्ट्री फार्म की वजह नाल कई तरह दीआं बीमारियां जिदा चमड़ी रोग दमा कैंसर आदि की चपेट च आ चुके हैं। पर हैरानी वाली गल यह है कि पोल्यूशन कंट्रोल बोर्ड वालों इस पोल्ट्री फार्म नूं नो ऑब्जैक्शन सर्टिफिकेट भी मिलिया होया है जो कि प्रशासन की मिली भगत वाल सीधा इशारा करता है। इस बारे गल करदिआं लोगों ने कहा कि पोल्ट्री फार्म की वजह नाल उन्हां दे परिवार वालिआं नूं कई तरह दीआं बीमारियां लग चुकियां हन अते उन्हां दा इलाज PGI अते होर कई महंगे हस्पतालां च चल रहा है। उन्हां कहा कि पिंड च मक्खियां ने इस कदर डेरा जमा रख्या है कि लोग खाना तक नहीं खा सकदे अते उन्हां दे रिश्तेदार भी उन्हां दे घरां च आउण तों डरदे हन। ਸਾਡੇ ਇੱਕ ਤਾਂ ਮੱਖੀਆਂ ਬਹੁਤ ਜ਼ਿਆਦਾ ਸਾਡੇ ਮੇਰੇ ਘਰ ਵਾਲੇ ਦੀ ਇੱਥੇ ਮਤਲਬ ਕੈਂਸਰ ਦੀ ਬਿਮਾਰੀ ਹੋ ਗਈ ਉਹਨਾਂ ਮੱਖੀਆਂ ਦੇ ਕਰਕੇ ਮਤਲਬ ਇਹਦੀ ਇੰਨੀ ਜ਼ਿਆਦਾ ਬਦਬੂ ਫੈਲੀ ਵੀ ਨਾ ਅਸੀਂ ਸਾਡਾ ਇੱਥੇ ਰਹਿਣਾ ਬਹੁਤ ਮੁਸ਼ਕਲ ਹੈ ਕੋਈ ਰਿਸ਼ਤੇਦਾਰ ਨਹੀਂ ਇੱਥੇ ਖੜਦਾ ਹੈ ਹਰੇਕ ਇਹੀ ਕਹਿੰਦਾ ਵੀ ਤੁਸੀਂ ਇੱਥੇ ਰਹਿੰਦੇ ਕਿਵੇਂ ਹੈ ਅਸੀਂ ਬਹੁਤ ਮਤਲਬ ਜਾ ਕੇ ਪ੍ਰਸ਼ਾਸਨ ਵਾਲਿਆਂ ਨੂੰ ਲੀਡਰ ਕੋਈ ਵੀ ਆਉਂਦੇ ਅਸੀਂ ਸਭ ਨੂੰ ਮੈਂ ਕਹਿ ਕੇ ਖੁਦ ਕਹਿ ਕੇ ਦੇਖ ਲਿਆ ਪੋਲਿਊਸ਼ਨ ਬੋਰਡ ਵਾਲਿਆਂ ਵੀ ਬੰਦੇ ਆਏ ਆ ਉਹ ਪਹਿਲੇ ਸਿੱਧੇ ਇਹਨਾਂ ਦੇ ਘਰੇ ਜਾਂਦੇ ਆ ਕੋਈ ਨਹੀਂ ਤੁਹਾਡੀ ਸਮੱਸਿਆ ਕਹਿੰਦੇ ਅਸੀਂ ਲਿਖ ਕੇ ਅਸੀਂ ਭੇਜਾਂਗੇ ਆ ਪਰ ਲੇਕਿਨ ਉਹਨਾਂ ਨੇ ਕੋਈ ਵੀ ਮਤਲਬ ਹੱਲ ਨਹੀਂ ਸਾਡਾ ਕੀਤਾ ਇੱਥੇ ਸਾਨੂੰ ਤੁਸੀਂ ਦੇਖ ਲਓ ਵੀ ਮੈਂ ਇੱਕ ਦਿਨ ਚੀਮਾ ਸਾਹਿਬ ਵੀ ਆਏ ਪਿੱਛੇ ਜਿਹਾ ਮੈਂ ਉਹਨਾਂ ਨੂੰ ਵੀ ਕਿਹਾ ਵਾ ਸਰ ਸਾਡੇ ਘਰ ਮੋਹਰੇ 10 ਮਿੰਟ ਖੜ ਕੇ ਜਾਇਓ ਤੁਹਾਨੂੰ ਆਪੇ ਪਤਾ ਲੱਗ ਜਾਣਾ ਵੀ ਅਸੀਂ ਕਿਵੇਂ ਇੱਥੇ ਰਹਿੰਦੇ ਹਾਂ ਘਰ ਦੇ ਵਿੱਚ ਹਾਂਜੀ ਸਾਡੀ ਮੰਗ ਹੈ ਪੋਲਟਰੀ ਫਾਰਮ ਚੱਕ ਹੋਣਾ ਚਾਹੀਦਾ ਤਾਂ ਸਾਨੂੰ ਇੰਨੀਆਂ ਜ਼ਿਆਦਾ ਬਿਮਾਰੀਆਂ ਲੱਗੀਆਂ ਵਾ ਮੇਰਾ ਇਲਾਜ ਤੁਸੀਂ ਦੇਖ ਲਓ ਵੀ ਇੰਨਾ ਮਹਿੰਗਾ ਮੈਨੂੰ 10 ਸਾਲ ਹੋ ਗਏ ਲਗਾਤਾਰ ਇਲਾਜ ਚੱਲਦੇ ਨੇ ਘਰ ਵਾਲਿਆਂ ਦੀ ਤਾਂ ਕੈਂਸਰ ਦੀ ਬਿਮਾਰੀ ਨਾਲ ਮੌਤ ਹੋਈ ਉਹ ਵੀ ਇਹਨਾਂ ਦੀ ਪੋਲਟਰੀ ਫਾਰਮ ਕਰਕੇ ਸਾਹ ਦੀ ਬਿਮਾਰੀ ਹੋ ਗਈ ਹੈ ਅਸੀਂ ਕਿੱਥੇ ਚਲ ਜਾਈਏ ਅਸੀਂ ਕੱਢ ਚ ਇੰਨੀ ਗੁੰਜਾਇਸ਼ ਨਹੀਂ ਕਿ ਅਸੀਂ ਦੂਸਰੇ ਪਿੰਡ ਚ ਜਾ ਕੇ ਅਸੀਂ ਜਗ੍ਹਾ ਪਾ ਸਕੀਏ ਨਾ ਸਾਡੇ ਚ ਇੰਨੀ ਗੁੰਜਾਇਸ਼ ਹੈ ਕਿ ਅਸੀਂ ਜਾ ਕੇ ਬਾਹਰ ਜਾ ਅਸੀਂ ਆਪਣੇ ਬੱਚੇ ਦਾ ਇਲਾਜ ਕਰਾ ਸਕੀਏ ਕੁੜੀ ਨੂੰ ਸਾਹ ਦੀ ਬਿਮਾਰੀ ਹੈ ਜੀ ਮੇਰੀ ਨੂੰ ਮਿੰਟਾਂ ਚ ਸਾਹ ਤਾਂ ਰੁਕ ਜਾਂਦਾ ਜੀ ਉਹਨੂੰ ਮਿੰਟਾਂ ਚ ਇਹ ਨਹੀਂ ਹੈ ਵੀ ਪਤਾ ਨਹੀਂ ਲੱਗਦਾ ਮਿੰਟਾਂ ਚ ਹੋ ਜਾਂਦੀ ਹੈ ਜੀ ਉਧਰ ਜਦ ਇਸ ਮਾਮਲੇ 'ਚ ਪ੍ਰਸ਼ਾਸਨ ਦੇ ਅਧਿਕਾਰੀ ADC ਰੋਪੜ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦਾ ਜਵਾਬ ਸੁਣ ਕੇ ਅਸੀਂ ਵੀ ਹੈਰਾਨ ਰਹਿ ਗਏ। ਉਹਨਾਂ ਕਿਹਾ ਕਿ ਉਹਨਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਹੀ ਨਹੀਂ ਹੈ ਜੇ ਕੁਝ ਹੋਵੇਗਾ ਤਾਂ ਉਹ ਜਾਂਚ ਤੋਂ ਬਾਅਦ ਹੀ ਕੁਝ ਕਹਿ ਸਕਣਗੇ। ਉਹ BBMP ਫਾਰਮ ਦਾ ਮਸਲਾ ਤੁਸੀਂ ਹੁਣੇ ਹੀ ਦੱਸਿਆ ਹੈਗਾ ਇਹਦੇ ਤੇ ਕਦੋਂ ਐਪਲੀਕੇਸ਼ਨ ਦਿੱਤੀ ਹੈ ਔਰ ਕੀ ਉਹਦੇ 'ਚ ਹੋਣ ਵਾਲਾ ਹੈਗਾ ਉਹ ਪੜਤਾਲ ਕਰ ਲਈ ਜਾਏਗੀ। ਉਧਰ ਜਦ ਪੋਲਿਊਸ਼ਨ ਕੰਟਰੋਲ ਬੋਰਡ ਦੇ ਅਧਿਕਾਰੀਆਂ ਅਤੇ ਸਿਵਲ ਸਰਜਨ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਆਪਣਾ ਪੱਲਾ ਝਾੜਦੇ ਹੋਏ ਕਿਹਾ ਕਿ ਉਹ ਚੈੱਕ ਕਰਨਗੇ ਕਿ ਕਿਉਂ ਕਲੀਅਰੈਂਸ ਦਿੱਤੀ ਗਈ ਹੈ ਅਤੇ ਉਹ ਖੁਦ ਟੀਮ ਸਮੇਤ ਮੌਕੇ ਤੇ ਜਾ ਕੇ ਚੈੱਕ ਕਰਨਗੇ। ਮੈਂ ਇੱਕ ਮੌਕੇ ਹੁਣ ਨੋਟਿਸ ਲਿਆਂਦਾ ਪਲੀ ਮੌਕਾ ਦੇ ਕੇ ਤੁਹਾਨੂੰ ਨਾ ਉੱਥੇ ਜਾਣੂ ਕਰਾਵਾਂਗੇ ਤੁਸੀਂ ਤੁਹਾਨੂੰ ਬਲੈਕ ਐਂਡ ਵਾਈਟ ਕੋਈ ਐਪਲੀਕੇਸ਼ਨ ਦੇ ਦਿਓ ਮੈਂ ਡਿਟੇਲ ਕਰਕੇ ਤੁਹਾਡਾ ਸਾਰੀ A to Z ਉਹਦੀ ਸੋਲਵ ਕਰਨ ਦੀ ਕੋਸ਼ਿਸ਼ ਕਰਾਂਗੇ। ਨੂਰਪੁਰ ਬੇਦੀ ਤੋਂ ਬਿਮਲ ਸੈਣੀ ਦੀ ਰਿਪੋਰਟ 5 ਆਪ ਟੁਡੇ।